ਮੰਮੀ ਜੀ ਬੈਠੇ ਆ? ਹਾਂ ਪੁੱਤ ਆ ਜਾ। ਬਸ ਆਈ, ਮੈਂ ਅੰਦਰ ਲੱਭਣ ਦੀ ਸੀ ਤੁਹਾਨੂੰ। ਮੈਂ ਇੱਥੇ ਆਣ ਕੇ ਬਹਿ ਗਈ। ਅੱਛਾ ਅੱਛਾ, ਕੰਮ ਕੁੰਮ ਹੋ ਗਿਆ ਸੀ ਸਾਰਾ, ਤੂੰ ਵੀ ਕਰ ਲਿਆ ਸੀ ਤੇ ਮੈਂ ਵੀ ਕਰ ਲਿਆ ਸੀ ਤੇ ਮੈਂ ਚੱਲ ਇੱਥੇ ਬਹਿ ਜਾ। ਹਾਂਜੀ ਨਹੀਂ, ਵਿਹਲੇ ਤਾਂ ਹੋ ਹੀ ਗਏ ਆ। ਹਾਂ ਤੇ ਮੈਂ ਵੀ ਤੁਹਾਡੇ ਵੱਲ ਹੀ ਆਈ ਸੀ ਕੰਮ। ਹਾਂ ਪੁੱਤ ਦੱਸ ਕਿਹੜਾ ਕੰਮ ਆ? ਕੰਮ ਮੰਮੀ ਜੀ ਇਹ ਆ ਵੀ ਮੈਂ ਨਾ ਫੋਟੋਆਂ ਵੇਖੀਆਂ ਸੀ ਕੁੜੀ ਦੀਆਂ। ਅੱਛਾ। ਉਹਨਾਂ ਭੇਜੀਆਂ ਵਾ 3-4। ਆਹ ਵੇਖੋ ਹੁਣ ਭਲਾ ਕਿਹੜੀ ਸਹੀ ਲੱਗਦੀ ਆ, ਤੇ ਫਿਰ ਕਰ ਲਓ ਪਸੰਦ। ਸੋਹਣੀ ਆ ਕੁੜੀ ਤਾਂ ਵੈਸੇ, ਉੱਦਾਂ ਕੁੜੀ ਤਾਂ ਸੋਹਣੀ ਆ ਪੁੱਤ, ਪਰ ਨਾ ਫੋਟੋ ਵੇਖਣ ਵਿੱਚ ਅਤੇ ਰੀਅਲ ਵਿੱਚ ਆਪ ਵੇਖਣ 'ਚ ਬੜਾ ਫਰਕ ਵਾ। ਚਲੋ ਵੇਖ ਲਓ ਮੰਮੀ ਜੀ, ਜੇ ਤੁਹਾਨੂੰ ਜਿੱਦਾਂ ਵੀ ਸਹੀ ਲੱਗਦਾ ਆ। ਉਹ ਤਾਂ ਮੈਂ ਚਲੋ ਫੋਟੋਆਂ ਮੰਗਵਾਈਆਂ ਸੀ, ਝਾਤੀ ਮੜੀ ਮਰਾ ਦਿੰਦੇ ਹਾਂ। ਤਾਂ ਕੋਈ ਨਹੀਂ, ਜੇ ਤੁਸੀਂ ਉੱਦਾਂ ਵੀ ਵੇਖਣਾ ਹੋਊਗਾ ਨਾ ਤਾਂ ਕੋਈ ਨਹੀਂ, ਉੱਦਾਂ ਵੀ ਵੇਖ ਲਾਂਗੇ। ਉਹਦੇ ਵਿੱਚ ਕਾਹਦਾ ਹੈ ਪੁੱਤ? ਮੈਂ ਤਾਂ ਕੱਲ੍ਹ ਲਵਲੀ ਨਾਲ ਵੀ ਗੱਲ ਕੀਤੀ ਸੀ। ਹਾਂਜੀ। ਤਾਂ ਉਹ ਮੈਨੂੰ ਕਹਿੰਦਾ ਸੀ ਮੰਮੀ ਅਜੇ 2 ਸਾਲ ਖਲੋ ਜਾਈਏ, ਪਰ ਮੈਨੂੰ ਇਹ ਆ ਵੀ ਚੱਲ ਕੋਈ ਨਹੀਂ, ਸਾਡੇ ਸਿਰ ਤੋਂ ਵੀ ਜ਼ਿੰਮੇਵਾਰੀ ਖਤਮ ਹੋ ਜੂਗੀ। ਮੰਮੀ ਜੀ ਉਹ ਤਾਂ ਹੈ ਹੀ ਆ, ਚਲੋ ਕੋਈ ਨਹੀਂ ਵੀ ਮੰਨ ਜਾਣਗੇ। ਪਰ ਉਹਦਾ ਮੇਰਾ ਇੱਕ ਇਰਾਦਾ ਬਣਾਉਂਦਿਆ ਸੀ ਕਿ ਤੁਸੀਂ ਹਾਵਲੀਆਂ ਫੋਟੋਆਂ ਨਾ ਜੁਬਨਵੀਰ ਨੂੰ ਪਾਓ ਬਾਹਰ, ਵੀ ਉਹਨਾਂ ਨੂੰ ਪਸੰਦ ਵਾ ਕਿ ਨਹੀਂ ਪਸੰਦ, ਕੀ ਦੱਸਦੇ ਆ ਭਲਾ। ਚੱਲ ਕੋਈ ਗੱਲ ਨਹੀਂ, ਮੈਂ ਤੇਰੇ ਕਹਿਣ 'ਤੇ ਇੱਕ ਵਾਰ ਨਾ ਫੋਟੋਆਂ ਨੂੰ ਪਾ ਦਿੰਦੀ ਹਾਂ। ਤੁਸੀਂ ਪਾਇਓ ਇੱਕ ਵਾਰ, ਅਤੇ ਫਿਰ ਕੋਈ ਗੱਲ ਨਹੀਂ, ਜੇ ਇਹਨਾਂ ਦੀ ਗੱਲ ਵਾ ਨਾ ਤਾਂ ਕੋਈ ਨਹੀਂ, ਇਹਨਾਂ ਨੇ ਮੰਨ ਜਾਣਾ ਆ। ਰੁਪਿੰਦਰ ਲਵਲੀ ਵੀ ਨਾ ਘਰ ਬਾਰੇ ਹੀ ਸੋਚਦਾ ਵਾ, ਉਹਨੂੰ ਇਹ ਆ ਵੀ ਧੀ ਪੁੱਤ ਚੰਗਾ ਆ ਜੇ ਨਾ, ਹਾਂਜੀ, ਤਾਂ ਵਧੀਆ ਤਰੀਕੇ ਨਾਲ ਆਪਾਂ ਰਹੀ ਜਾਵਾਂਗੇ। ਜੇ ਇੱਕ ਜਾਣਾ ਵੀ ਘਰ ਵਿੱਚ ਮਾੜਾ ਆ ਜੇ ਨਾ ਤਾਂ ਸਾਰਾ ਨਾ ਘਰ ਦਾ ਸਰਕਲ ਹੀ ਖਰਾਬ ਹੋ ਜਾਂਦਾ ਵਾ। ਚਲੋ ਕੋਈ ਨਹੀਂ ਅੰਮੀ ਜੀ, ਸਾਨੂੰ ਕਿਹੜੀ ਕੋਈ ਜਲਦਬਾਜ਼ੀ ਹੈ, ਕੋਈ ਨਹੀਂ ਕਰਾਂਗੇ ਵਿਆਹ, ਪਰ ਇਹ ਵੀ ਵੇਖ ਜਾ ਕੇ ਕਰਾਂਗੇ ਸਾਰਾ। ਜੇ ਤਾਂ ਕੁੜੀ ਸਾਨੂੰ ਚੰਗੀ ਲੱਗੂਗੀ ਫਿਰ ਅਸੀਂ ਕਰਾਂਗੇ, ਠੀਕ ਆ ਨਾ? ਇਹਨਾਂ ਦੀ ਵੀ ਗੱਲ ਸਹੀ ਆ ਅੰਮੀ ਜੀ। ਬਿਲਕੁਲ ਨਹੀਂ ਪੁੱਤ, ਉਹਦਾ ਤੂੰ ਵੀ ਤਾਂ ਉਹਨਾਂ ਦੇ ਪਰਿਵਾਰ ਨੂੰ ਜਾਣਦੀ ਆ ਨਾ ਵੀ ਕਿੱਦਾਂ ਦਾ ਪਰਿਵਾਰ ਆ, ਆਪਣੇ ਨਾਲ ਉਹ ਮੈਚ ਖਾਂਦਾ ਵਾ। ਮੰਮੀ ਜੀ ਵੇਖਣ ਨੂੰ ਤਾਂ ਇੱਦਾਂ ਹੁਣ ਗੱਲਾਂ ਹੀ ਆ, ਪਰ ਇਹ ਕੋਈ ਨਹੀਂ ਇੱਕ ਵਾਰ ਜਾ ਕੇ ਵੇਖ ਲਾਂਗੇ ਤੇ ਫਿਰ ਪਤਾ ਲੱਗ ਜੂਗਾ ਚੰਗੀ ਤਰ੍ਹਾਂ, ਫਿਰ ਕੋਈ ਨਹੀਂ ਕਰ ਲਾਂਗੇ ਸਲਾਹ। ਚੱਲ ਕੋਈ ਨਹੀਂ, ਮੈਂ ਫੋਟੋਆਂ ਭੇਜਣੀ ਆ। ਹਾਂਜੀ। ਜੇ ਤਾਂ ਕੁੜੀ ਉਹਦਾ ਪਸੰਦ ਹੋਊ ਤਾਂ ਆਪਾਂ ਗਾੜੀ ਗੱਲ ਤੋਰ ਲਾਂਗੇ। ਹਾਂਜੀ। ਅਤੇ ਲਵਲੀ ਨੇ ਕਦੋਂ ਆਉਣਾ ਵਾ? ਉਹਨਾਂ ਨੇ ਅੰਮੀ ਜੀ ਕਹਿਣ ਤਾਂ ਦੇ ਹੀ ਰਹੇ ਵੀ ਕੱਲ੍ਹ ਨੂੰ, ਤਾਂ ਮੈਨੂੰ ਜਦੋਂ ਭਾਈ ਅੱਜ ਹੀ ਆ ਜਾਣ, ਕੱਲ੍ਹ ਪਰਸੋਂ ਕਰਦੇ ਹੀ, ਉਹਨਾਂ ਕਿਹੜਾ ਪੱਕਾ ਦੱਸਿਆ ਨਹੀਂ ਵੈਸੇ ਮੈਨੂੰ। ਚੱਲ ਠੀਕ ਆ, ਮੇਰੀ ਵੀ ਕੱਲ੍ਹ ਗੱਲ ਹੋਈ ਸੀ ਫੋਨ 'ਤੇ ਉਹਦੀ, ਤਾਂ ਦੱਸਿਆ ਨਹੀਂ ਵੀ ਕਿੱਦਣ ਆਉਣਾ ਵਾ। ਤਾਂ ਕੋਈ ਨਹੀਂ, ਮੈਂ ਵੀ ਕਰਦੀ ਪੁੱਛਦੀ ਭਲਾ ਫੋਨ ਕਰਕੇ। ਆਉਣੀ ਸ਼ਾਇਦ ਉੱਦਾਂ ਅੱਜ ਹੀ ਆ ਹੀ ਜਾਣ। ਹਾਂਜੀ। ਅਤੇ ਤੇਰੇ ਡੈਡੀ ਨਾਲ ਵੀ ਗੱਲ ਕਰਦੀ ਆ, ਵੀ ਰੁਪਿੰਦਰ ਨੇ ਮੈਨੂੰ ਫੋਟੋ ਵਿਖਾਈ ਆ। ਚੱਲ ਫੋਟੋ 'ਤੇ ਤਾਂ ਕੁੜੀ ਸੋਹਣੀ ਆ, ਮੂੰਹ ਮੱਥੇ ਲੱਗਦੀ ਆ, ਅਤੇ ਮੈਂ ਕਰਕੇ ਸਲਾਹ ਤੈਨੂੰ ਦੱਸ ਦਿੰਦੀ ਫਿਰ। ਕੋਈ ਨਹੀਂ, ਪਹਿਲਾਂ ਤੁਸੀਂ ਜੁਬਨਵੀਰ ਨੂੰ ਪਾਓ ਜਿਹਨਾਂ ਦਾ ਹੈ ਨਾ ਸਾਰੀ ਜ਼ਿੰਦਗੀ ਦਾ ਸਵਾਲ ਆ, ਫਿਰ ਬਾਕੀ ਕੋਈ ਨਹੀਂ ਕਰ ਲਾਂਗੇ ਨਾ। ਠੀਕ ਆ, ਤਾਂ ਮੈਂ ਜਾਂਦੀ ਹਾਂ ਤੇ ਕਰਾਂ ਕੋਈ ਕੰਮ। ਕੁੜੀ ਤਾਂ ਉੱਦਾਂ ਸੋਹਣੀ ਆ, ਮੇਰੇ ਮਨ ਨੂੰ ਵੀ ਲੱਗੀ ਆ। ਚੱਲ ਫਿਰ ਵੀ ਜ਼ਿੰਦਗੀ ਤਾਂ ਉਹਨੇ ਕੱਢਣੀ ਆ, ਇੱਕ ਵਾਰ ਉਹਦੇ ਨਾਲ ਗੱਲ ਕਰ ਹੀ ਲੈਂਦੀ ਹਾਂ ਵੀ ਵੇਖ ਲਾ ਪੁੱਤ, ਜੇ ਤੈਨੂੰ ਪਸੰਦ ਵਾ ਤਾਂ ਅੱਗੇ ਗੱਲ ਤੋਰੀਏ, ਅਤੇ ਜੇ ਤੈਨੂੰ ਨਹੀਂ ਪਸੰਦ ਤਾਂ ਇੱਥੇ ਹੀ ਆਪਾਂ ਚੁੱਪ ਕਰ ਜਾਂਦੇ ਹਾਂ, ਹੋਰ ਕੋਈ ਵੇਖ ਲਾਂਗੇ ਫਿਰ। ਚੱਲ ਇੱਦਾਂ ਕਰਦੀ ਹਾਂ, ਜੋਬ ਨਾਲ ਗੱਲ ਕਰ ਹੀ ਲੈਂਦੀ ਹਾਂ, ਉਹਨੂੰ ਦੱਸਦੀ ਹਾਂ ਵੀ ਮੈਂ ਫੋਟੋਆਂ ਪਾਈਆਂ ਤੈਨੂੰ, ਵੇਖ ਕੇ ਮੈਨੂੰ ਦੱਸ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ, ਹੋਰ ਪੁੱਤ ਕੀ ਹਾਲ ਚਾਲ ਆ? ਹਾਂਜੀ ਵਧੀਆ, ਠੀਕ ਠਾਕ, ਤੁਸੀਂ ਸੁਣਾਓ? ਹਾਂਜੀ ਅਸੀਂ ਵੀ ਠੀਕ ਠਾਕ, ਹੋਰ ਸਿਹਤ ਦਾ ਸੁਣਾ, ਸਿਹਤ ਠੀਕ ਆ? ਸਭ ਵਧੀਆ ਠੀਕ ਠਾਕ, ਡੈਡੀ ਹੋਣੇ ਠੀਕ ਠਾਕ, ਵੀਰ ਠੀਕ ਵਾ? ਹਾਂ ਸਭ ਠੀਕ ਠਾਕ ਆ, ਕਰ ਤੂੰ ਸੁਣਾ? ਵਧੀਆ, ਮੈਂ ਵੀ ਕੰਮ ਤੇ ਆਇਆ ਸੀਗਾ। ਅੱਛਾ ਅੱਛਾ, ਠੀਕ ਆ, ਹੋਰ ਰੋਟੀ ਪਾਣੀ ਖਾਧਾ ਵਾ? ਰੋਟੀ ਪਾਣੀ ਖਾਧਾ, ਸਵੇਰੇ ਖਾਧਾ ਸੀਗਾ, ਹੁਣ ਜਾਂਦੇ ਆ ਦੁਪਹਿਰਾਂ ਨੂੰ ਖਾਣ। ਠੀਕ ਠੀਕ ਆ। ਹਾਂਜੀ, ਤੇ ਮੈਂ ਤੇਰੇ ਨਾਲ ਗੱਲ ਕਰਨੀ ਸੀ ਪੁੱਤ ਇੱਕ। ਦੱਸੋ, ਸੌਖੀ ਆ? ਨਹੀਂ ਹੈ ਤੇ ਸੌਖੀ ਆ, ਤੈਨੂੰ ਮੈਂ ਫੋਟੋਆਂ ਪਾਈਆਂ ਵਾ, ਤੂੰ ਵੇਖ ਕੇ ਮੈਨੂੰ ਦੱਸ ਵੀ ਤੈਨੂੰ ਕੁੜੀ ਪਸੰਦ ਵਾ। ਮੰਮੀ ਕਿੰਨੀ ਵਾਰੀ ਤੁਹਾਨੂੰ ਸਮਝਾਵਾਂ,
ਨਹੀਂ ਪੁੱਤ, ਹੁਣ ਵੇਖ ਲਵਲੀ ਦਾ ਵਿਆਹ ਕੀਤਾ ਵਾ ਤਾਂ ਫਿਕਰ ਜਿਹਾ ਮੁੱਕਾ ਵਾ, ਉਹ ਆਪਣੇ ਘਰ ਰੁੱਝਾ ਵਾ, ਕੁੜੀ ਵੀ ਚੰਗੀ ਆ ਤੇ ਰਲ ਮਿਲ ਕੇ ਰਹੀਦਾ ਵਾ, ਤੇ ਮੈਨੂੰ ਇਹ ਸੀਗਾ ਵੀ ਚੱਲ ਤੇਰਾ ਵੀ ਵਿਆਹ ਕਰ ਦਿੰਦੇ ਨਾ ਤੇ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਂਦੇ ਸੀ ਵੀ। ਮੰਮੀ ਉਹ ਤੇ ਤੁਹਾਡੀ ਗੱਲ ਠੀਕ ਵਾ, ਪਰ ਮੈਂ ਕਹਿੰਦਾ ਵੀ ਜੇ ਰੁਕ ਜਾ ਥੋੜਾ ਜਿਹਾ, ਮੈਨੂੰ ਇੱਕ ਦੋ ਫੇਰੇ ਲਾਉਣ ਤੋਂ ਬਾਅਦ ਹੋਰ। ਨਹੀਂ ਨਹੀਂ ਐਰਕਾ, ਜਦੋਂ ਤੂੰ ਆਇਆ ਨਾ ਤੇਰੀ ਮੰਗਣੀ ਕਰ ਹੀ ਦੇਣੀ ਆ, ਤੂੰ ਮੈਨੂੰ ਇਹ ਦੱਸ ਵੀ ਛੁੱਟੀ ਕਦੋਂ ਆਉਣਾ ਵਾ। ਉਹ ਜੀ ਮੈਨੂੰ ਲੱਗ ਜਾਣੇ ਆ 1.5-2 ਮਹੀਨਾ ਲੱਗ ਜਾਣਾ, ਵਾਧੀ ਲੱਗ ਜਾਣਾ। ਚੱਲ ਕੋਈ ਗੱਲ ਨਹੀਂ, ਤੂੰ ਫੋਟੋ ਵੇਖ ਕੇ ਮੈਨੂੰ ਦੱਸ, ਜੇ ਕੁੜੀ ਤੈਨੂੰ ਪਸੰਦ ਵਾ ਤੇ ਅਸੀਂ ਅੱਗੇ ਗੱਲ ਤੋਰ ਲਈਏ, ਤੇ ਜੇ ਨਹੀਂ ਤੇ ਫਿਰ ਅਸੀਂ ਚੁੱਪ ਕਰ ਜਾਂਦੇ ਆ, ਜਦੋਂ ਤੂੰ ਆਵੇਂਗਾ ਉਦੋਂ ਕੋਈ ਕੁੜੀ ਲੱਭ ਲਾਂਗੇ। ਮੈਂ ਤਾਂ ਤੁਹਾਨੂੰ ਇਹੋ ਗੱਲ ਹੀ ਕਹਿਣਾ ਵੀ ਰੁਕ ਦਿਓ ਜੇ ਥੋੜਾ ਚਿਰ, ਮੁੜ ਕੇ ਵੇਖ ਲਾਂਗੇ। ਨਹੀਂ ਨਹੀਂ ਰੁਕਣਾ ਨੀਗਾ, ਹੁਣ ਤੇਰੀ ਭਾਬੀ ਦੱਸ ਪਾਉਣ ਡਈ ਆ, ਫਿਰ ਉਹ ਕਹੂਗੀ ਵੀ ਮੰਮੀ ਮੈਂ ਤੁਹਾਨੂੰ ਦੱਸਿਆ ਸੀ ਤੇ ਮੇਰੇ ਕਹਿੰਦੇ ਤੁਸੀਂ ਮੰਨੇ ਨੀ। ਚਲੋ ਵੇਖ ਲਓ ਲਵਲੀ ਵੀਰ ਕੀ ਆਂਦਾ। ਲਵਲੀ ਤੇ ਆਂਦਾ ਸੀ ਖਲੋ ਜਾ ਥੋੜਾ ਟਾਈਮ, ਤੇਰੇ ਵਾਲੀਆਂ ਗੱਲਾਂ ਹੀ ਉਹ ਵੀ ਕਰਨ ਡਿਆ ਵਾ। ਨਹੀਂ ਨਹੀਂ ਤੇਰੇ ਡੈਡੀ ਨੀ ਰੁਕਦੇ, ਉਹ ਕਹਿੰਦੇ ਵੀ ਨਹੀਂ ਵਿਆਹ ਹੀ ਕਰ ਦੇਣਾ ਜੋ ਬੰਦਾ ਵੀ। ਚੱਲ ਠੀਕ ਆ, ਫੋਟੋਆਂ ਵੇਖ ਕੇ ਮੈਨੂੰ ਫੋਨ ਜ਼ਰੂਰ ਕਰੀ। ਹਾਂ ਹਾਂ ਠੀਕ ਠਾਕ ਵਧੀਆ ਸਭ। ਚਲੋ ਠੀਕ ਆ, ਹਾਂ ਚੰਗਾ ਪੁੱਤ, ਓਕੇ। ਦੱਸ ਇਹ ਵੀ ਇਹੋ ਗੱਲ ਹੀ ਕਰੀ ਜਾਣ ਡਿਆ ਵਾ, ਮੰਮੀ ਅਜੇ ਖਲੋ ਜੋ, ਮੰਮੀ ਅਜੇ ਖਲੋ ਜੋ, ਹੋਰ ਕਿੰਨੀ ਕੁ ਉਮਰ ਕਰਨੀ ਆ, ਇਹੋ ਹੀ ਟਾਈਮ ਆ ਵਿਆਹ ਦਾ। ਕੋਈ ਨਹੀਂ, ਇਹਦਾ ਪਸੰਦ ਕੁੜੀ ਆ ਹੀ ਜਾਣੀ ਆ, ਜਦੋਂ ਮੈਨੂੰ ਪਸੰਦ ਵਾ ਤੇ ਇਹਨੇ ਕੀ ਕਹਿਣਾ ਵਾ। ਇਹਦੇ ਡੈਡੀ ਨੇ ਇੱਕ ਵਾਰ ਗੱਲ ਕਰਦੀ ਆ, ਫਿਰ ਰੁਪਿੰਦਰ ਨੇ ਮੈਨੂੰ ਫੋਟੋਆਂ ਵਿਖਾਈਆਂ ਵਾ। ਜੋਤ, ਹਾਂਜੀ ਡੈਡ ਜੀ, ਦੱਸ ਵੀ ਪ੍ਰੈਕਟੀਕਲ ਚੰਗੇ ਹੋ ਗਏ? ਹਾਂਜੀ ਡੈਡ ਜੀ, ਬੜੇ ਵਧੀਆ ਹੋ ਗਏ। ਬਾਕੀ ਇਹ ਆ ਵੀ ਜੇ ਤੇ ਅੱਗੇ ਪੜ੍ਹਾਈ ਕਰਨੀ ਆ ਤੇ ਸ਼ਹਿਰ ਦੱਸ, ਕੋਈ ਟਿਊਸ਼ਨ ਸੈਂਟਰ ਕੋਈ ਵੇਖ ਲਈਏ ਜਾਂ ਕੋਈ ਚੰਗੇ ਟੀਚਰ ਨਾਲ ਗੱਲ ਕਰਕੇ ਤੇ ਤੂੰ ਤਿਆਰੀ ਕਰ ਲਾ। ਡੈਡ ਜੀ ਅਜੇ ਤੇ ਲੋੜ ਨਹੀਂ ਹੈਗੀ ਫਿਲਹਾਲ, ਇਹ ਆ ਵੀ ਸੈਂਟਰਾਂ 'ਚ ਵੀ ਤੁਹਾਨੂੰ ਪਤਾ ਕਿੰਨਾ ਕੁ ਪੜ੍ਹਾਉਂਦੇ ਆ, ਅਤੇ ਜਦੋਂ ਕਾਲਜ ਤੋਂ ਆਉਣਾ ਹੁੰਦਾ ਆ ਉਹਨਾਂ ਕੁ ਟਾਈਮ ਆਉਣ ਜਾਣ 'ਚ ਲੰਘ ਜਾਂਦਾ ਆ, ਫਿਰ ਸੈਂਟਰ 'ਚ ਲੰਘ ਜਾਂਦਾ ਆ, ਫਿਰ ਥੋੜ੍ਹਾ ਬਹੁਤਾ ਫ੍ਰੀ ਟਾਈਮ ਨਹੀਂ ਮਿਲਦਾ ਵਿੱਚ। ਅਤੇ ਜੇ ਘਰੇ ਰਹਿ ਕੇ ਪੜੂੰਗੀ, ਇੱਕ ਤਾਂ ਘਰੇ ਮਾਹੌਲ ਬੜਾ ਵਧੀਆ ਵਾ ਅਤੇ ਦੂਜਾ ਇਹ ਆ ਵੀ ਵਧੀਆ ਪੜ੍ਹਿਆ ਜਾਂਦਾ। ਠੀਕ ਆ, ਮੈਂ ਕਹਿੰਦਾ ਹਾਂ ਤੂੰ ਥੋੜ੍ਹੀ ਤਿਆਰੀ ਕਰ ਲਾ ਟੈਸਟ ਦੀ। ਠੀਕ ਹੈ ਡੈਡ ਜੀ। ਅਤੇ ਕੋਈ ਨੌਕਰੀ ਨੁਕਰੀ ਮਿਲ ਜੂਗੀ? ਹੁਣ ਵੇਖ ਦਲਜੀਤ ਵੀ ਰਿਹਾ ਹੀ ਆ ਨਾ, ਉਹਦਾ ਕੰਮ ਥੋੜ੍ਹਾ ਜਿਹਾ ਹੋਰ ਤਰੀਕੇ ਦਾ ਵਾ, ਉਹਨੇ ਜਾਣਾ ਬਾਹਰ। ਹਾਂਜੀ, ਉਹਨੂੰ ਬਹੁਤੀ ਲੋੜ ਨਹੀਂ ਅਜੇ। ਹਾਂਜੀ, ਵੀ ਉਹਨੇ ਕਿਹੜੀ ਸਰਕਾਰੀ ਨੌਕਰੀ ਲੈਣੀ, ਅਤੇ ਇਹਦੇ ਵਾਸਤੇ ਤੈਨੂੰ ਤਿਆਰੀ ਕਰਨ ਦੀ ਲੋੜ ਆ। ਤੂੰ ਮੁੜ ਕੇ ਕੱਲ੍ਹ ਨੂੰ ਹੋਰ ਅਗਲੇ ਘਰ ਵੀ ਜਾਣਾ, ਜਦੋਂ ਤੂੰ ਵਿਆਹ ਕਰਤਾ ਅਤੇ ਉੱਥੇ ਇਹ ਆ ਵੀ ਇੱਕ ਹੁੰਦੀ ਆ ਜੇ ਨੌਕਰੀ ਵਾਲੀ ਕੁੜੀ ਹੋਵੇ ਨਾ, ਅਤੇ ਇਹ ਆ ਪਰਿਵਾਰ ਦੇ ਵਿੱਚ ਹੁੰਦਾ ਵੀ ਚੱਲ ਪੜ੍ਹੀ ਲਿਖੀ ਆ ਕੋਈ। ਹਾਂਜੀ ਹਾਂਜੀ, ਬਾਹਰ ਤੇ ਸਾਰੇ ਜਾਈ ਜਾਂਦੇ ਆ ਹੁਣ, ਤੇ ਉੱਥੇ ਜਾ ਕੇ ਤੁਹਾਨੂੰ ਪਤਾ ਹੀ ਆ ਵੀ ਹੁਣ ਕੁੜੀਆਂ ਦੇ ਕਿਹੜੇ ਹਾਲਾਤ ਹੋਣ ਡੇ। ਨਹੀਂ ਨਹੀਂ, ਬਾਹਰ ਵਾਲਾ ਤੇ ਰਹਿਣ ਹੀ ਦੇ ਤੂੰ। ਹਾਂਜੀ, ਇੱਥੇ ਜੌਬ ਦੀ ਟਰਾਈ ਕਰ, ਟੈਸਟ ਕਰ ਕਲੀਅਰ, ਠੀਕ ਹੈ ਪਤਾ ਤੂੰ ਕਰ ਜਾਣਾ। ਠੀਕ ਹੈ ਡੈਡ ਜੀ, ਠੀਕ ਆ। ਚੱਲ ਜੋ ਤੇ ਜਿੱਦਾਂ ਵੀ ਤੇਰਾ ਵਿਚਾਰ ਹੋਊ ਨਾ ਮੈਨੂੰ ਦੱਸ ਦੀ, ਠੀਕ ਹੈ? ਕੋਈ ਨਹੀਂ ਡੈਡ ਜੀ, ਹੁਣ ਮੈਂ ਤਿਆਰੀ ਕਰ ਲਾਂ, ਫਿਰ ਮੈਂ ਤੁਹਾਨੂੰ ਦੱਸ ਦੂੰਗੀ। ਕੋਈ ਗੱਲ ਨਹੀਂ, ਮੈਂ ਕਰ ਲਵਾਂਗਾ। ਹਾਂਜੀ ਠੀਕ। ਰੁਪਿੰਦਰ ਪੁੱਤ ਗੱਲ ਸੁਣੀ ਮੇਰੀ,
ਨਾਲ ਜਿਵੇਂ ਬੁਲਾਉਂਦੇ ਸੀ ਬੁਲਾਉਣ ਡਈ ਸੀ ਮੈਂ ਤੈਨੂੰ ਵੀ ਜੋਬਨ ਨੂੰ ਮੈਂ ਫੋਟੋਆਂ ਪਾਤੀਆਂ ਸੀ ਅੱਛਾ ਪਾਤੀਆਂ ਨੇ ਹਾਂ ਚਲੋ ਵਧੀਆ ਕੀਤਾ ਕੀ ਕਹਿੰਦੇ ਜੋਬਨ ਵੀਰ ਜੋਬਨ ਪਹਿਲਾਂ ਤਾਂ ਲਵਲੀ ਵਾਂਗੂ ਨਾ ਨੁੱਕਰ ਜੀ ਕਰਦਾ ਸੀ ਅੱਛਾ ਭੇ ਜੇ ਖਲੋ ਜੋ ਅਤੇ ਮੈਂ ਕਿਹਾ ਨਹੀਂ ਵੀ ਅਸੀਂ ਖਲੋਣਾ ਨੀਗਾ ਅੱਛਾ ਜੇ ਤੂੰ ਛੁੱਟੀ ਆਏਗਾ ਨਾ ਜੇ ਤੇਰੇ ਕੁੜੀ ਪਸੰਦ ਵਾ ਤਾਂ ਵੀ ਦੱਸ ਦੇ ਜੇ ਨਹੀਂ ਪਸੰਦ ਤਾਂ ਵੀ ਦੱਸ ਦੇ ਨਹੀਂ ਹੁਣ ਉਹਨਾਂ ਫੋਟੋਆਂ ਵੇਖ ਕੇ ਕੁਛ ਨਾ ਕੁਛ ਦੱਸਿਆ ਹੀ ਹੋਊਗਾ ਵੀ ਚਾਹੇ ਕੁੜੀ ਚੰਗੀ ਲੱਗੀ ਆ ਕਿ ਚਾਹੇ ਨਹੀਂ ਲੱਗੀ ਨਹੀਂ ਆਉਂਦਾ ਸੀਗਾ ਵੀ ਕੋਈ ਨਹੀਂ ਮੈਂ ਵੇਖ ਕੇ ਨਾ ਤਾਂ ਘਰ ਜਾ ਕੇ ਤਾਂ ਦੱਸ ਦਿੰਦਾ ਵਾਂ ਉਹ ਕੰਮ 'ਤੇ ਸੀਗਾ ਅੱਛਾ ਅੱਛਾ ਅਤੇ ਮੇਰੀ ਧੀ ਤੂੰ ਇੱਕ ਕੰਮ ਕਰਨਾ ਵਾ ਲਵਲੀ ਆਉਂਦਾ ਵਾ ਨਾ ਉਹਨੂੰ ਤੂੰ ਮਨਾਉਣਾ ਵਾ ਮੈਂ ਗੱਲ ਤਾਂ ਕਰ ਲੂੰਗੀ ਪਰ ਤੁਹਾਨੂੰ ਪਤਾ ਹੀ ਆ ਉਹ ਮਰਜ਼ੀ ਆਪਣੀ ਕਰਦੇ ਹੁੰਦੇ ਆ ਉਹ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੈਨੂੰ ਇਹ ਨਾ ਉਹ ਕਵੇ ਵੀ ਤੂੰ ਹੁਣ ਦੱਸ ਪਾਈ ਆ ਉੱਦਾਂ ਮੈਂ ਤੇਰੇ ਡੈਡੀ ਨਾਲ ਵੀ ਗੱਲ ਕਰੂੰਗੀ ਤੇਰੇ ਡੈਡੀ ਵੀ ਆਪੇ ਉਹਨੂੰ ਸਮਝਾਉਣਗੇ ਹਾਂਜੀ ਵੀ ਹੁਣ ਉਮਰ ਵਾ ਤੁਹਾਡੀ ਅਤੇ ਦੋਵੇਂ ਭਰਾ ਵਿਆਹੇ ਹੋ ਗਏ ਨਾ ਆਪੋ ਆਪਣੇ ਥਾਈਂ ਸੈੱਟ ਹੋ ਗਏ ਗੱਲ ਪਤਾ ਨਾ ਕੀ ਆ ਜਿਹੜਾ ਵੀ ਕੰਮ ਚਲੋ ਟਾਈਮ ਨਾਲ ਹੋ ਜੇ ਨਾ ਅਤੇ ਉਹੀ ਵਧੀਆ ਆ ਪੁੱਤ ਉਹ ਗੱਲ ਤਾਂ ਮੈਂ ਕਹਿੰਦੀ ਹਾਂ ਅਤੇ ਪਰ ਤੂੰ ਲਵਲੀ ਨਾਲ ਇੱਕ ਵਾਰ ਜ਼ਰੂਰ ਗੱਲ ਕਰੀ ਅਤੇ ਮੈਂ ਤਾਂ ਤੇਰੇ ਡੈਡੀ ਵੀ ਉਹਨੂੰ ਸਮਝਾਵਾਂਗੇ ਹਾਂਜੀ ਵੀ ਕੋਈ ਗੱਲ ਨਹੀਂ ਪੁੱਤ ਹੁਣ ਕਰਨਾ ਤਾਂ ਹੈ ਹੀ ਆ ਵਿਆਹ ਹੁਣ ਵੀ ਕਰਨਾ ਸਾਲ ਠਹਿਰ ਕੇ ਵੀ ਕਰਨਾ ਵਾ ਹਾਂਜੀ ਉਹ ਤਾਂ ਉਵੇਂ ਕਰਨਾ ਹੀ ਪੈਣਾ ਆ ਹੈ ਨਾ ਅਤੇ ਨਾਲੇ ਮੈਨੂੰ ਜ਼ਿਆਦਾ ਖੁਸ਼ੀ ਤਾਂ ਇਹ ਹੋਣ ਡਈ ਆ ਵੀ ਤੂੰ ਰਿਸ਼ਤਾ ਕਰਵਾਉਣ ਡਈ ਆ ਮੈਂ ਤਾਂ ਇਹੋ ਹੀ ਚਾਹੁੰਦੀ ਹਾਂ ਵੀ ਜਿੱਦਾਂ ਦੀ ਤੂੰ ਆ ਉੱਦਾਂ ਦੀ ਦੂਜੀ ਧੀ ਸਾਡੇ ਘਰ ਆਵੇ ਅਤੇ ਭੈਣਾ ਭੈਣਾ ਬਣ ਕੇ ਹੀ ਰਹੋ ਹਾਂਜੀ ਹਾਂਜੀ ਨਹੀਂ ਨਹੀਂ ਅਮੀ ਜੀ ਬਿਲਕੁਲ ਇੱਦਾਂ ਹੀ ਹੋਊਗਾ ਅਤੇ ਬਾਕੀ ਕੋਈ ਨਹੀਂ ਇੱਕ ਵਾਰ ਤੁਸੀਂ ਜਾ ਕੇ ਖੁਦ ਉੱਥੇ ਵੇਖ ਵੀ ਲਿਓ ਅਮੀ ਜੀ ਜੇ ਤੁਹਾਨੂੰ ਚੰਗੀ ਲੱਗੂਗੀ ਨਾ ਤਾਂ ਫਿਰ ਤੁਸੀਂ ਹਾਂ ਕਰਕੇ ਆਇਓ ਕੋਈ ਜ਼ਬਰਦਸਤੀ ਨਹੀਂ ਹੈਗੀ ਵੀ ਤੁਸੀਂ ਉੱਥੇ ਹੀ ਕਰਨਾ ਆ ਕੋਈ ਗੱਲ ਨਹੀਂ ਪੁੱਤ ਪਹਿਲਾਂ ਤਾਂ ਇਹ ਹੁੰਦਾ ਵਾ ਵੀ ਆਪਣਾ ਪਰਿਵਾਰ ਸਾਰਾ ਸਲਾਹ ਕਰੀਏ ਹਾਂਜੀ ਜੇ ਸਾਰੇ ਜਾਣੇ ਮੰਨਣ ਨੂੰ ਤਿਆਰ ਵਾ ਤਾਂ ਫਿਰ ਆਪਾਂ ਅੱਗੇ ਚੱਲਾਂਗੇ ਉਹ ਕੋਈ ਗੱਲ ਨਹੀਂ ਅਮੀ ਜੀ ਤੁਸੀਂ ਫਿਕਰ ਨਾ ਕਰੋ ਕੋਈ ਨਹੀਂ ਹੁੰਦੇ ਆ ਸਾਰੇ ਇਕੱਠੇ ਨਾ ਤਾਂ ਕੋਈ ਨਹੀਂ ਬਹਿ ਕੇ ਸਲਾਹ ਕਰ ਲੈਂਦੇ ਹਾਂ ਚਲੋ ਠੀਕ ਆ ਹਾਂਜੀ ਮੈਂ ਚਾਹ ਬਣਾਵਾਂ ਘੁੱਟ ਹਾਂ ਬਣਾ ਲਾ ਘੁੱਟ ਚਾਹ ਪੀਂਦੇ ਹਾਂ ਚਲ ਮੈਂ ਬਣਾਉਂਦੀ ਚੱਲ ਰੁਪਿੰਦਰ ਤਾਂ ਬੜੀ ਚੰਗੀ ਆ ਅਤੇ ਮੈਂ ਤਾਂ ਇਹੋ ਹੱਥ ਜੋੜਦੀ ਹਾਂ ਦਿਨ ਰਾਤ ਵੀ ਜਿੱਦਾਂ ਦੀ ਇਹ ਧੀ ਮੈਨੂੰ ਮਿਲੀ ਆ ਨਾ ਇੱਦਾਂ ਦੀ ਦੂਜੀ ਆ ਜੇ ਨਾ ਤਾਂ ਸਾਡੇ ਵੀ ਜੂਨ ਸੁਧਰ ਜੂਗੀ ਤਾਂ ਘਰ ਵਧੀਆ ਤਰੀਕੇ ਨਾਲ ਚੱਲੂਗਾ ਕੋਈ ਗੱਲ ਨਹੀਂ ਲਵਲੀ ਨੇ ਵੀ ਮੰਨ ਹੀ ਜਾਣਾ ਵਾ ਬਾਕੀ ਰਹਿੰਦੀ ਗੱਲ ਡੈਡੀ ਇਹਨਾਂ ਦੇ ਦੀ ਆ ਉਹਨਾਂ ਮਨਾ ਲੈਣਾ ਲਵਲੀ ਨੂੰ ਵੀ ਕੋਈ ਗੱਲ ਨਹੀਂ ਪੁੱਤ ਰਿਸ਼ਤਾ ਤਾਂ ਕਰਨਾ ਹੀ ਆ ਬਾਹਰੋਂ ਕੋਈ ਕਰਵਾਊਗਾ ਅਤੇ ਅੱਜ ਕੱਲ੍ਹ ਸਮਾਂ ਕਿੰਨਾ ਮਾੜਾ ਚੱਲਣ ਡਿਆ ਵਾ ਧੀ ਪੁੱਤ ਦਾ ਪਤਾ ਨਹੀਂ ਹੁੰਦਾ ਵੀ ਸੁਭਾਅ ਕਿੱਦਾਂ ਦਾ ਵਾ ਕਿੱਦਾਂ ਦੇ ਪਰਿਵਾਰ 'ਚੋਂ ਵਾ ਹੁਣ ਇਹਦਾ ਤਾਂ ਸਾਨੂੰ ਸਾਰਾ ਪਤਾ ਵਾ ਵੀ ਜਾਣ ਪਛਾਣ ਵੀ ਹੈਗੀ ਸੀ ਪਹਿਲਾਂ ਇਹਨਾਂ ਦੇ ਨਾਲ ਅਤੇ ਮੈਂ ਤਾਂ ਮੰਨਣ ਨੂੰ ਤਿਆਰ ਵਾਂ ਵੀ ਜੋ ਵੀ ਰੁਪਿੰਦਰ ਕਰਵਾਉਣ ਡਈ ਨਾ ਰਿਸ਼ਤਾ ਬਹੁਤ ਵਧੀਆ ਵਾ ਬੈਠੀ ਤੁਸੀਂ ਆ ਗਏ ਓਏ ਆਹੋ ਆ ਗਿਆ ਸੀ ਮੈਂ ਪਾਣੀ ਲਿਆਵਾਂ ਤੁਹਾਡੇ ਵਾਸਤੇ ਜਾ ਲੈ ਆਵਾ ਫਿਰ ਘੁੱਟ ਹਾਂਜੀ ਲਿਆਉਣ ਕਿੱਦਾਂ ਦਾ ਰਿਹਾ ਸਫ਼ਰ ਤੁਹਾਡਾ ਸਫ਼ਰ ਠੀਕ ਹੀ ਅੱਛਾ ਅੱਛਾ ਉਹ ਕੰਮ ਹੀ ਇਦਾਂ ਦਾ ਸੀ ਠੀਕ ਆ ਹਾਂ ਤੇ ਨਾਲ ਮੈਂ ਤੁਹਾਡਾ ਗੱਲ ਕਰਨੀ ਸੀ ਦੱਸੋ ਵੀ ਤੁਸੀਂ ਉਦੋਂ ਕਹਿੰਦੇ ਸੀ ਨਾ ਵੀ ਚਲ ਜਦੋਂ ਮੈਂ ਘਰ ਆਵਾਂਗਾ ਤੇ ਫਿਰ ਜਾਵਾਂਗੇ ਪਿੰਡ ਤੇ ਹੋ ਨਾ ਆਈਏ ਪਿੰਡ ਯਾਰ ਅੱਜ ਤੇ ਮੈਂ ਥੱਕਾ ਵਾਂ ਤੇ ਜੇ ਬਹੁਤੀ ਗੱਲ ਵਾ ਤੇ ਅੱਜ ਸ਼ਾਮਾਂ ਨੂੰ ਚਲ ਜਾਂਦੇ ਆ ਤੇ ਰਾਤ ਰਹਿੰਦੇ ਆ ਉੱਥੇ ਤੇ ਅਗਲੇ ਦਿਨ ਆ ਜਾਵਾਂਗੇ ਚਲੋ ਵੇਖ ਲਓ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਆ ਨਹੀਂ ਵੇਖ ਲਾ ਤੇਰੀ ਮਰਜ਼ੀ ਆ ਜੇ ਅੱਜੇ ਜਾਣਾ ਵਾ ਤੇ ਫਿਰ ਚਲ ਜਾਂਦੇ ਆ ਤਿਆਰ ਤਾਂ ਮੈਂ ਹੋਇਆ ਹੀ ਹਾਂ ਚਲੋ ਉਹ ਤਾਂ ਹੈ ਹੀ ਆ ਪਿੰਡ ਜਾਣ ਵਾਲੀ ਗੱਲ ਤਾਂ ਹੈ ਹੀ ਆ ਤੇ ਇੱਕ ਗੱਲ ਘਰ ਦੇ ਵਿੱਚ ਹੋਰ ਹੋਣਦੀ ਸੀ ਕਿਉਂ ਕੀ ਗੱਲ ਹੋਈ ਉਹ ਗੱਲ ਇਹ ਆ ਵੀ ਜੋਬਨਵੀਰ ਦੇ ਰਿਸ਼ਤੇ ਵੱਲੋਂ ਡੇ ਹੀ ਗੱਲ ਕਰਨ ਉਹਨੇ ਹੁਣੇ ਅੱਛਾ ਹਾਂਜੀ ਕੀ ਆਂਦੇ ਉਹ ਨਾ ਪਿੰਡ ਆ ਚਾਚੇ ਤਾਏ ਦੀਆਂ ਕੁੜੀਆਂ ਹੀ ਆ ਮੇਰੀਆਂ ਤੇ ਮੰਮੀ ਆਖਣ ਦੇ ਕਿ ਚਲ ਕੋਈ ਨਹੀਂ ਤੂੰ ਗੱਲ ਕਰਕੇ ਵੇਖੀ ਤੇ ਚੱਲ ਜਿਹਨਾਂ ਨੂੰ ਪਸੰਦ ਆਈ ਜੂਗੀ ਕੁੜੀ ਨਾ ਤੇ ਫਿਰ ਕੋਈ ਨਹੀਂ ਆਪਾਂ ਕਰ ਲਵਾਂਗੇ
ਉਹ ਮੇਰੀ ਗੱਲ ਸੁਣ, ਆਪਣੇ ਕੰਮ ਨਾਲ ਮਤਲਬ ਰੱਖਿਆ ਕਰ। ਅੱਗੇ ਦੇ ਘਰ ਦਾ ਕੰਮ ਹੁੰਦਾ ਨਹੀਂ ਦੇਖੋ, ਤੂੰ ਹੋਰ ਹੀ ਚੌਧਰਾਂ ਲੈਣ ਡੀ ਹੈ ਵਿੱਚ ਹੋਰ ਹੀ। ਮੈਂ ਤੁਹਾਨੂੰ ਬਸ ਸਲਾਹ ਹੀ ਲੈਣ ਆਈ ਹਾਂ ਵੀ ਤੁਹਾਨੂੰ ਕਿਵੇਂ ਚੰਗਾ ਲੱਗੂਗਾ ਜੇ ਫਿਰ ਹੀ ਆਪਾਂ ਕਰਾਂਗੇ, ਕੋਈ ਜ਼ਬਰਦਸਤੀ ਨਹੀਂ ਹੈਗੀ। ਉਹ ਮੇਰੀ ਗੱਲ ਸੁਣ, ਜਿੰਨੀ ਗੱਲ ਤੂੰ ਕੀਤੀ ਆ ਨਾ ਮੰਮੀ ਨਾਲ, ਬਸ ਉਨੀ ਰਹਿਣ ਦੇ। ਤੂੰ ਸਿੱਧਾ ਜਵਾਬ ਦੇ ਵੀ ਮੈਂ ਸਾਡੇ ਪਿੰਡ ਕੋਈ ਕੁੜੀ ਹੈ ਹੀ ਨਹੀਂ। ਚਲੋ ਕੋਈ ਗੱਲ ਨਹੀਂ, ਜਿੱਦਾਂ ਤੁਹਾਨੂੰ ਸਹੀ ਲੱਗਦਾ ਉਦਾਂ ਹੀ ਕਰ ਲਾਂਗੇ। ਤੇ ਮੰਮੀ ਨੂੰ ਮੈਂ ਆਪੇ ਜਵਾਬ ਦੇ ਲੂੰਗਾ। ਚਲੋ ਠੀਕ ਆ। ਆਹ ਹੋਰ ਚੌਧਰ ਲੱਗੀ ਝਾੜਨ। ਚੱਲ ਯਾਰ, ਜੇ ਦੋਵਾਂ ਤਿੰਨਾਂ ਦਿਨਾਂ ਦੇ ਇੰਨੇ ਪੈਸੇ ਬਣ ਜਾਣ ਤਾਂ ਹੋਰ ਕੰਮ ਕਰਨ ਦੀ ਲੋੜ ਹੀ ਕੋਈ ਨਹੀਂ ਆ। ਚੱਲ ਇਹ ਤੋਂ ਪਹਿਲਾਂ ਪਹਿਲਾਂ ਰੱਖ ਹੀ ਦਿੰਦਾ ਕਿਤੇ ਸਾਂਭ ਕੇ। ਰੁਪਿੰਦਰ ਨੂੰ ਲੱਗਦਾ ਜ਼ਿਆਦਾ ਹੀ ਕੁਛ ਬੋਲਤਾ ਵਾ, ਇੱਦਾਂ ਕਰਨਾ ਵਾ ਇਹਨੂੰ ਕਹਿੰਦਾ ਅੱਜ ਹੀ ਪਿੰਡੋਂ ਹੋ ਆਉਂਦੇ ਹਾਂ। ਚੱਲ ਇਹ ਆ ਵੀ ਇਹਦਾ ਮਨ ਬਦਲ ਜੂਗਾ ਥੋੜ੍ਹਾ ਜਿਹਾ। ਰੁਪਿੰਦਰ ਕਰ ਲਿਆ ਕੰਮ ਧੰਦਾ? ਉਹ ਚੱਲ ਚਾਹ ਤੇ ਲੱਗੀ ਆ ਬਣਾਉਣ, ਤੇ ਮੇਰਾ ਤੇ ਇਰਾਦਾ ਇਹ ਬਣ ਡਿਆ ਵੀ ਅੱਜ ਹੀ ਪਿੰਡੋਂ ਹੋਈਏ। ਆਹੋ ਨਾਲੇ ਉਹ ਹੈ ਤੇ ਮੈਂ ਵਿਹਲਾ ਹੀ ਆ। ਨਾਲੇ ਇੱਕ ਗੱਲ ਮੈਂ ਹੋਰ ਕਰਨੀ, ਮੈਂ ਪਤਾ ਤੈਨੂੰ ਕਿਉਂ ਟੋਕਣ ਡਿਆ ਵਿਆਹ ਵੱਲੋਂ। ਮੈਨੂੰ ਜੋ ਬੰਦਾ ਫੋਨ ਆਇਆ ਸੀ ਉਹ ਵੀ ਕਹਿਣ ਡਿਆ ਸੀ ਵੀ ਤੂੰ ਘਰਦਿਆਂ ਨੂੰ ਸਮਝਾ ਵੀ ਮੈਨੂੰ 2-3 ਸਾਲ ਹੋਰ ਲਾ ਲੈਂਦੇ। ਤੈਨੂੰ ਪਤਾ ਵਿਆਹ ਤੋਂ ਬਾਅਦ ਖਰਚੇ ਤੇ ਵੱਧ ਜਾਂਦੇ ਆ, ਪਤਾ ਤੇ ਸਾਰਿਆਂ ਨੂੰ ਹੀ ਆ। ਠੀਕ ਆ ਨਾ, ਤੇ ਇਹੋ ਹੀ ਆ ਵੀ 4-5 ਸਾਲ ਹੋਰ ਕਮਾਈ ਕਰ ਲੂਗਾ, ਉਹਦਾ ਵੀ ਹੱਥ ਸੌਖਾ ਹੋ ਜਾਊਗਾ। ਉਹ ਗੱਲ ਇਹ ਆ ਨਾ, ਉਹ ਕਿਹੜਾ ਉੱਥੇ ਪੱਕਾ ਵਾ, ਜੇ ਇੱਕ ਵਾਰੀ ਕੰਪਨੀ ਚੋਂ ਆ ਗਿਆ ਮੁੜ ਕੇ ਕੀ ਪਤਾ ਕਦੋਂ ਗੱਲ ਬਣਨੀ ਕਦੋਂ ਨਹੀਂ। ਮੈਂ ਤੇ ਮੰਮੀ ਨੂੰ ਨਾ ਕਰਤੀ ਸੀ ਉਦਣ ਹੀ, ਤੇ ਤੂੰ ਵੀ ਮੰਮੀ ਨੂੰ ਨਾ ਹੀ ਕਰੀ। ਚਲੋ ਉਹ ਮੈਂ ਕਰ ਦਿੰਦਾ ਵਾ, ਪਰ ਅੱਗੇ ਤੋਂ ਨਾ ਤੂੰ ਨਾ ਲਈ ਵੀ ਸਾਡੇ ਪਿੰਡ ਕੁੜੀ ਹੈਗੀ ਆ ਜਾਂ ਇੱਦਾਂ ਜਾਂ ਇੱਦਾਂ। ਤੂੰ ਕੋਈ ਗੱਲ ਨਹੀਂ ਕਰਨੀ ਮੁੜ ਕੇ, ਮੈਂ ਆਪੇ ਸਾਂਭ ਲੂੰਗਾ ਸਾਰਾ ਕੰਮ। ਤੂੰ ਚਾਹ ਲਿਆ ਬਣਾ ਕੇ, ਤੇ ਜੇ ਬਣਦੀ ਆ ਗੱਲ ਤੇ ਅਸੀਂ ਹੋਈਏ ਫਿਰ। ਵੇਖ ਲਾ ਗੱਲ ਕਰਕੇ, ਜੇ ਅੱਜ ਜਾਣਾ ਤੇ ਅੱਜ ਚੱਲ ਜਾਣੀ, ਨਹੀਂ ਤੇ ਕੱਲ ਚੱਲ ਜਾਣਾ। ਮੇਰੀ ਗੱਲ ਸੁਣੋ। ਹਾਂਜੀ। ਰੁਪਿੰਦਰ ਨੇ ਨਾ ਮੈਨੂੰ 2 ਦਿਨਾਂ ਕੁੜੀਆਂ ਦੀਆਂ ਫੋਟੋਆਂ ਵਿਖਾਈਆਂ ਸੀ ਜੋਬਨ ਵਾਸਤੇ। ਹਾਂਜੀ, ਤੇ ਮੇਰੇ ਤੇ ਪਸੰਦ ਸੀ ਤੇ ਜੋਬਨ ਨੂੰ ਮੈਂ ਫੋਟੋਆਂ ਪਾਤੀਆਂ ਸੀ। ਹਾਂ, ਕੰਮ ਤੇ ਸੀ ਜਦੋਂ ਮੈਂ ਫੋਨ ਕੀਤਾ ਸੀ ਫਿਰ, ਤੇ ਕਹਿੰਦਾ ਸੀ ਪਹਿਲਾਂ ਤਾਂ ਨਾ ਨੌਕਰੀ ਕਰਦਾ ਸੀ, ਨਹੀਂ ਮੰਮੀ ਅਜੇ ਖਲੋ ਜਾਓ 2 ਸਾਲ, ਤੇ ਮੈਂ ਕਿਹਾ ਨਹੀਂ 2 ਸਾਲ ਖਲੋਣਾ ਨੀਗਾ ਹੁਣ, ਰੁਪਿੰਦਰ ਨੇ 10 ਪਾਈ ਆ ਤਾਂ ਵਧੀਆ ਹੀ ਪਾਈ ਹੋਊਗੀ। ਅੱਛਾ, ਤੇ ਮੈਂ ਜਿਹੜੀ ਵੀ ਕੁੜੀ ਤੈਨੂੰ ਪਸੰਦ ਆ ਸਾਨੂੰ ਫੋਨ ਕਰਕੇ ਦੱਸ ਦੇ, ਅਸੀਂ ਗਾੜੀ ਗੱਲ ਤੋਰ ਲਈਏ। ਹਾਂ ਹਾਂ, ਆਂਦਾ ਸੀ ਕੋਈ ਨਹੀਂ ਮੈਂ ਘਰ ਜਾ ਕੇ ਨਾ ਜਦੋਂ ਛੁੱਟੀ ਹੋਊਗੀ ਫਿਰ ਤੁਹਾਨੂੰ ਫੋਨ ਕਰੂੰਗਾ, ਤੇ ਤੁਸੀਂ ਦੱਸੋ ਵੀ ਆਪਾਂ ਜਾਂ ਤਾਂ ਉਹਦੇ ਆਉਣ ਤੋਂ ਪਹਿਲਾਂ ਕੁੜੀ ਵੇਖ ਲਈਏ, ਸਾਰੀ ਗੱਲਬਾਤ ਕਰ ਲਈਏ ਜੋ ਮੰਨਦਾ ਵਾ। ਉਹ ਤਾਂ ਰਮਨ ਗੱਲ ਤੇਰੀ ਠੀਕ ਆ, ਚੱਲ ਵੇਖ ਲਾਂਗੇ, ਅਸੀਂ ਪਸੰਦ ਕਰਤੀ ਜੇ ਉਹਦੇ ਨਾਲ ਪਸੰਦ ਆਈ ਤੇ ਫਿਰ ਕੀ ਹੱਦ। ਨਹੀਂ ਨਹੀਂ, ਉਹਦੇ ਪਸੰਦ ਆਊਗੀ ਉਹ ਸਾਨੂੰ ਕੁਝ ਦੱਸੂਗਾ ਤੇ ਫਿਰ ਹੀ ਆਪਾਂ ਗਾੜੀ ਗੱਲ ਤੋਰਾਂਗੇ, ਅਸੀਂ ਇਕੱਲੇ ਥੋੜਾ। ਚੱਲ ਤੂੰ ਇੱਕ ਰੇ ਫੋਟੋਆਂ ਤੇ ਉਹਨੂੰ ਭੇਜ ਭੇਜ ਦਿੰਦਾ ਮੈਂ ਫੋਟੋ, ਤੇ ਚੱਲ ਉਹ ਫਿਰ ਆਪੇ ਸਾਨੂੰ ਵੇਖ ਕੇ ਕਹਿ ਦੂਗਾ ਵੀ ਤੁਸੀਂ ਵੇਖ ਲਓ।
ਤੇ ਜੇ ਤੁਹਾਡੇ ਪਸੰਦ ਹੋ ਤੇ ਫਿਰ ਅਸੀਂ ਕਰ ਲਾਂਗੇ। ਮੈਨੂੰ ਜ਼ਿਆਦਾ ਤੇ ਇਹ ਆ ਕਿ ਰਪਿੰਦਰ ਕਰਾਉਂਦੇ ਹੀ ਆ ਤੇ ਰਪਿੰਦਰ ਨੂੰ ਪਤਾ ਹੀ ਆ ਕਿ ਸਾਡਾ ਪਰਿਵਾਰ ਕਿੱਦਾਂ ਦਾ ਵਾ, ਉਹਨੇ ਉਸੇ ਹਿਸਾਬ ਦਾ ਹੀ ਰਿਸ਼ਤਾ ਲੱਭਣਾ ਵਾ ਕਿ ਜੇ ਗਾੜੀ ਬਾਹਰੋਂ ਕਿਸੇ ਨੇ ਕਰਵਾਇਆ, ਪਰਿਵਾਰ ਚੰਗਾ ਨਾ ਹੋਇਆ, ਕੁੜੀ ਚੰਗੀ ਨਾ ਹੋਈ ਤੇ ਸਾਰੀ ਉਮਰ ਕਿੱਦਾਂ ਮੁੜ ਕੇ ਮੁੰਡੇ ਨੇ ਗੁਜ਼ਾਰਨੀ ਆ ਉਹਦੇ ਨਾਲ। ਇਹ ਵੀ ਗੱਲ ਤੇਰੀ ਸਹੀ ਆ, ਚੱਲ ਜੇ ਕੋਈ ਗੱਲਬਾਤ ਕਰੂਗੀ ਤੇ ਰਪਿੰਦਰ ਨੂੰ ਸਮਝਾਉਣ ਵਾਲੀ ਤੇ ਬਣੂਗੀ। ਉਹੀ ਤਾਂ ਗੱਲ ਵਾ, ਇਹ ਤਾਂ ਗੱਲ ਤੇਰੀ ਸਹੀ ਆ। ਚਲੋ ਸਾਰੀ ਗੱਲ ਕਰ ਲੈਂਦੇ ਆ ਫਿਰ। ਚਲੋ ਠੀਕ ਆ। ਮੰਮੀ ਬੈਠੇ ਜੀ? ਹਾਂ ਪੁੱਤ ਬੈਠੀ ਆ। ਮੇਰੀ ਗੱਲ ਸੁਣੋ, ਜੋਬਨ ਨੂੰ ਫੋਨ ਕੀਤਾ ਸੀ ਤੁਸੀਂ? ਆਹੋ ਮੈਂ ਕੀਤਾ ਸੀ ਫੋਨ। ਤੇ ਕੀ ਕਹਿੰਦਾ ਸੀ? ਕਹਿਣਾ ਉਹਨੇ ਕੀ ਆ, ਰਪਿੰਦਰ ਦੱਸ ਪਾਉਂਦੀ ਸੀ ਤੇ ਮੈਂ ਉਹਨੂੰ ਫੋਟੋਆਂ ਪਾਈਆਂ ਸੀ। ਉਹ ਮੈਨੂੰ ਵੀ ਡਿਆ ਸੀ ਫੋਨ ਕਰਨ, ਉਹ ਆਂਦਾ ਘਰਦਿਆਂ ਨੂੰ ਸਮਝਾ ਕੋ। ਕਿਉਂ? ਉਹੀ ਗੱਲ ਜਿਹੜੀ ਮੈਂ ਤੁਹਾਨੂੰ ਕਹੀ ਆ ਵੀ 3-4 ਸਾਲ ਲਾ ਲਾਂ ਤੁਹਾਨੂੰ। ਪੁੱਤ ਮੈਨੂੰ ਤਾਂ ਕਹਿੰਦਾ ਸੀ ਕੋਈ ਗੱਲ ਨਹੀਂ ਮੰਮੀ ਵੇਖ ਲਓ ਤੁਸੀਂ। ਉਹ ਤੁਹਾਨੂੰ ਹੁਣ ਕੀ ਕਵੇ, ਉਹ ਮੈਨੂੰ ਦੱਸਦਾ ਹੋਣਾ ਸਾਰੀ ਗੱਲ, ਤਾਂ ਹੀ ਤਾਂ ਮੈਂ ਤੁਹਾਨੂੰ ਕਹਿਣ ਡਿਆ ਸੀ ਵੀ ਹੱਥ ਸੌਖਾ ਹੋ ਲਾਂ ਦੋ ਉਹਦਾ ਵੀ। ਚੱਲ ਵੇਖ ਲਓ ਤੁਹਾਡੀ ਮਰਜ਼ੀ ਆ, ਮੈਂ ਤਾਂ ਕਹਿੰਦੀ ਹਾਂ ਵੀ ਜੇ ਕੁੜੀ ਚੰਗੀ ਆ, ਪਰਿਵਾਰ ਵਧੀਆ ਵਾ ਤੇ ਕਰ ਲਈਏ ਰਿਸ਼ਤਾ। ਉਹ ਕੋਈ ਗੱਲ ਨਹੀਂ, ਕੁੜੀ ਹੋਰ ਲੱਭ ਜੂਗੀ ਫਿਰ ਕੀ ਆ। ਵੇਖ ਪੁੱਤ ਹੁਣ ਤਾਂ ਰਪਿੰਦਰ ਦੱਸ ਪਾਉਣ ਡਈ ਆ ਤੇ ਰਪਿੰਦਰ ਨੂੰ ਉਹਨਾਂ ਬਾਰੇ ਸਾਰਾ ਪਤਾ ਵਾ। ਕੱਲ੍ਹ ਨੂੰ ਬਾਹਰੋਂ ਕਿਸੇ ਨੇ ਦੱਸ ਪਾਈ ਧੀ ਪੁੱਤ ਨਾ ਚੰਗਾ ਹੋਇਆ, ਪਰਿਵਾਰ ਦੇ ਵਿੱਚ ਇੱਕ ਜਾਣਾ ਵੀ ਬਾਹਰੋਂ ਉੱਦਾਂ ਦਾ ਆ ਜਾਏ ਨਾ ਤੇ ਸਾਰੇ ਪਰਿਵਾਰ ਦਾ ਮਾਹੌਲ ਖਰਾਬ ਹੋ ਜਾਂਦਾ। ਪਰ ਮੈਂ ਤੁਹਾਨੂੰ ਕਹਿਣ ਡਿਆ ਵਾ ਨਾ, ਅਜੇ ਜਿਹੜੀ ਗੱਲ ਹੈਗੀ ਆ ਇੱਥੇ ਠੱਪ ਕਰ ਦਿਓ। ਜਦੋਂ ਮੁੰਡਾ ਹੀ ਨਹੀਂ ਮੰਨਣ ਡਿਆ ਤੇ ਫਿਰ ਐਵੇਂ ਧੱਕੇ ਨਾ ਕਰ ਦੇਣਾ ਉਹਦਾ ਵਿਆਹ। ਮੁੜ ਕੇ ਕੱਲ੍ਹ ਨੂੰ ਕੋਈ ਗੱਲ ਹੋ ਗਈ ਤੇ ਫਿਰ ਕਹੂਗਾ ਵੀ ਤੁਸੀਂ ਵਿਆਹ ਕੀਤਾ ਮੇਰਾ। ਕੋਈ ਗੱਲ ਨਹੀਂ ਪੁੱਤ, ਫੋਨ ਆਊ ਨਾ ਜੋ ਬੰਦਾ ਤੇ ਇੱਕ ਵਾਰ ਪੁੱਛ ਲੂੰਗੀ, ਜੇ ਉਹ ਹਾਂ ਕਰੂਗਾ ਅੱਗੇ ਗੱਲ ਫੇਰ ਹੀ ਤੋਰਾਂਗੇ। ਹੁਣ ਮੇਰੀ ਗੱਲ ਸੁਣੋ, ਜੇ ਫੋਨ ਆਊਗਾ ਤੇ ਇਹੋ ਗੱਲ ਹੀ ਪੁੱਛਣੀ ਆ। ਤੁਸੀਂ ਕੰਮ ਕੁੰਮ ਮਤਲਬ ਪੁੱਛਿਆ ਕਰੋ, ਰਾਜੀ ਬਾਜੀ ਪੁੱਛਿਆ ਕਰੋ ਉਹਦੀ, ਐਵੇਂ ਟੈਨਸ਼ਨ ਪਾਈ ਉਹਨੂੰ ਵਾਧੂ ਦੀ। ਪੁੱਤ ਉਹ ਤਾਂ ਗੱਲ ਕੋਈ ਨਹੀਂ ਗੀ, ਮੈਨੂੰ ਰਪਿੰਦਰ ਦਾ ਆਉਂਦਾ ਵਾ, ਉਹ ਕੀ ਕਹੂਗੀ ਵੀ ਪਹਿਲਾਂ ਮੰਮੀ ਕਹਿੰਦੇ ਰਿਸ਼ਤਾ ਕਰਵਾ ਤੇ ਜੇ ਹੁਣ ਮੈਂ ਦੱਸ ਪਾਈ ਆ ਤਾਂ ਹੁਣ ਦੂਜੇ ਪਾਸੇ ਹੋ ਗਏ ਆ। ਉਹ ਚੱਲ ਕੋਈ ਗੱਲ ਨਹੀਂ, ਮੈਂ ਤੁਹਾਨੂੰ ਆਖਿਆ ਉਹਨਾਂ ਨੂੰ ਨਾ ਪੁੱਛਿਓ, ਮੁੱਕਦੀ ਗੱਲ ਇਹੋ ਹੀ ਆ। ਚੱਲ ਕੋਈ ਨਹੀਂ, ਆਹੋ ਕੋਈ ਨਹੀਂ, ਰੁਪਿੰਦਰ ਨੂੰ ਮੈਂ ਆਪੇ ਕਹਿ ਦੂੰਗਾ। ਵੀਰ ਜੀ ਕੀ ਕਰਦੇ ਸੀ? ਕੁਝ ਨਹੀਂ, ਵਿਹਲੇ ਬੈਠਾ ਜਾਂ। ਅੱਛਾ ਅੱਛਾ, ਤੇ ਮੈਂ ਪੁੱਛਣਾ ਸੀ ਵੀ ਬਾਹਰ ਦਾ ਕੰਮ ਬਣਿਆ ਨਹੀਂ ਅਜੇ? ਬਾਹਰ ਦੇ ਕੰਮ ਕਰਨ ਬਾਰੇ ਨੋਟ ਐਵੇਂ ਥੋੜੀ ਬਣ ਜਾਂਦੇ। ਆਹੋ ਵੀਰ ਜੀ ਉਹ ਤੇ ਗੱਲ ਹੈਗੀ ਆ, ਤੇ ਨਾਲੇ ਤੁਸੀਂ ਵਧੀਆ ਹੁੰਦਾ ਟੈਸਟ ਦੀ ਕੋਈ ਤਿਆਰੀ ਤਿਊਰੀ ਕਰ ਲੈਂਦੇ। ਟੈਸਟ ਤਾਂ ਨੇ ਬੋਤਾ ਜਿਹੜਾ ਅੱਜ ਕੱਲ੍ਹ ਸੌਖੇ ਕਲੀਅਰ ਹੋ ਜਾਂਦੇ ਆ। ਉਹ ਤਾਂ ਹੈਗਾ ਹੀ ਆ, ਪੜ੍ਹਾਈਆਂ ਵੀ ਔਖੀਆਂ ਹੀ ਆ, ਪਰ ਚਲੋ ਇਹ ਆ ਵੀ ਤੁਸੀਂ ਟੈਨਸ਼ਨ ਨਾ ਲਿਓ ਕਿਸੇ ਵੀ ਗੱਲ ਦੀ। ਹੁਣ ਜਿਹੜੇ ਕੰਮ ਹੋਣੇ ਆ ਉਹ ਤਾਂ ਆਪਣੇ ਹਿਸਾਬ ਨਹੀਂ ਹੋਣੇ ਆ, ਅਤੇ ਬਾਕੀ ਡੈਡ ਜੀ ਡੇ ਹੀ ਕਹਿਣ ਵੀ ਵੀਰ ਤੇਰਾ ਵੀ ਡਿਆ ਵਾ ਤਿਆਰੀ ਕਰਨ ਬਾਹਰ ਦੀ, ਅਤੇ ਮੈਨੂੰ ਸਗੋਂ ਅਵੋਇਡ ਕਰਨ ਦੇ ਸੀ ਵੀ ਤੂੰ ਬਾਹਰ ਦੇ ਚੱਕਰਾਂ 'ਚ ਨਹੀਂ ਪੈਣਾ, ਮੈਂ ਤਾਂ ਵੀਰ ਜੀ ਟੈਸਟ ਹੀ ਦੇਣਾ ਵਾ। ਨਹੀਂ ਵਧੀਆ ਵਾ, ਤੂੰ ਪੜ੍ਹ ਵੀ ਲੈਂਦੀ ਆ, ਤੂੰ ਦੇ ਲੈਣਾ ਟੈਸਟ। ਹਾਂਜੀ, ਅਤੇ ਕੋਈ ਨਹੀਂ, ਤੁਸੀਂ ਫਿਕਰ ਨਾ ਕਰੋ ਅਤੇ ਮੈਂ ਕਰ ਲਾਂ ਕੰਮ ਫਿਰ, ਅਤੇ ਤੁਸੀਂ ਆਪਣੀ ਤਿਆਰੀ ਕਰੀ ਜਾਓ, ਜਦੋਂ ਹੋਊਗਾ ਵੇਖੀ ਜਾਏਗੀ। ਠੀਕ।